ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ ਪ੍ਰੋ ਪੰਜਾਬੀ। ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ। ਪਿੰਡ ਦਾ ਗੇੜਾ ਮੁਹਿੰਮ ਦੇ ਤਹਿਤ ਨਵਾਂ ਦਿਨ ਨਵੀਂ ਜਰਨੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਇਤਿਹਾਸਿਕ ਪਿੰਡ ਮਾਨਸਾ ਜ਼ਿਲ੍ਹੇ ਦਾ ਪਿੰਡ ਝੰਡਾ ਕਲਾਂ। ਇਸ ਟਾਈਮ ਅਸੀਂ ਝੰਡਾ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ। ਤਾਂ ਜੇ ਆਪਾਂ ਇਸ ਪਿੰਡ ਦੀ ਗੱਲ ਕਰੀਏ ਤਾਂ ਇਹ ਕਾਫੀ ਜਿਹੜਾ ਇਤਿਹਾਸਿਕ ਪਿੰਡ ਹੈ ਅਤੇ ਕਾਫੀ ਪੁਰਾਣਾ ਪਿੰਡ ਹੈ ਅਤੇ ਕਿਸੇ ਸਮੇਂ ਦੇ ਵਿੱਚ ਇਸ ਪਿੰਡ ਨੂੰ ਜਿਹੜਾ ਮੁਸਲਮਾਨ ਭਾਈਚਾਰੇ ਦਾ ਜਿਹੜਾ ਗੜ੍ਹ ਵੀ ਇੱਥੇ ਮੰਨਿਆ ਜਾਂਦਾ ਸੀਗਾ। ਤਾਂ ਇਸ ਪਿੰਡ ਦੀ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ 8000 ਦੇ ਕਰੀਬ ਇਸ ਪਿੰਡ ਦੀ ਜਨਸੰਖਿਆ ਹੈਗੀ ਅਤੇ 5000 ਦੇ ਕਰੀਬ ਇਸ ਪਿੰਡ ਦੀ ਜਿਹੜੀ ਵੋਟ ਹੈ ਜਿਹੜੀ ਹੈਗੀ ਹੈ ਤਾਂ 6500 ਦੇ ਕਰੀਬ ਜਿਹੜਾ ਵਾਹੀਯੋਗ ਰਕਬਾ ਇਸ ਪਿੰਡ ਦਾ ਹੈਗਾ। ਤਾਂ ਸਰਪੰਚ ਦੀ ਗੱਲ ਕਰੀਏ ਤਾਂ ਕੁਲਵੀਰ ਸਿੰਘ ਸਰਪੰਚ ਇਸ ਪਿੰਡ ਦਾ ਸੀਗਾ ਜੋ ਕਿ ਹੁਣ ਸਾਬਕਾ ਸਰਪੰਚ ਹੈ ਜਿਹੜੇ ਹੋ ਚੁੱਕੇ ਨੇ। ਪਿੰਡ ਦੇ ਨੰਬਰਦਾਰਾਂ ਦੀ ਗੱਲ ਕਰੀਏ ਤਾਂ 6 ਨੰਬਰਦਾਰ ਨੇ ਜਿਨ੍ਹਾਂ ਦੇ ਵਿੱਚੋਂ 1 ਨੰਬਰਦਾਰ ਦੀ ਜਿਹੜੀ ਮੌਤ ਹੋ ਚੁੱਕੀ ਹੈ, 2 ਗੁਰਦੁਆਰਾ ਸਾਹਿਬ ਨੇ, 1 ਡੇਰਾ, 1 ਚਰਚ ਹੈ, 2 ਪੀਰਾਂ ਦੀਆਂ ਜਗ੍ਹਾ ਇੱਥੇ ਬਣੀਆਂ ਹੋਈਆਂ, 4 ਧਰਮਸ਼ਾਲਾ ਡਿਸਪੈਂਸਰੀ ਇਸ ਪਿੰਡ ਦੇ ਵਿੱਚ ਮੌਜੂਦ ਹੈ, 5 ਆਂਗਣਵਾੜੀ ਹੈ, 1 ਸ਼ਮਸ਼ਾਨ ਘਾਟ ਇਸ ਪਿੰਡ ਦੇ ਵਿੱਚ ਹੈਗਾ, 1 ਪੰਚਾਇਤ ਘਰ ਇਸ ਪਿੰਡ ਦੇ ਵਿੱਚ ਹੈਗਾ। ਸੁਵਿਧਾ ਸੈਂਟਰ ਜੋ ਅਕਾਲੀ ਦਲ ਦੇ ਸਮੇਂ ਬਣਿਆ ਸੀ ਉਹ ਹੁਣ ਸਿਰਫ ਪੀਲਾ ਹਾਥੀ ਬਣ ਕੇ ਰਹਿ ਗਿਆ ਜੋ ਕਿ ਇਸ ਟਾਈਮ ਬੰਦ ਹੈ। ਪਸ਼ੂ ਹਸਪਤਾਲ ਇਸ ਪਿੰਡ ਦੇ ਵਿੱਚ ਨਹੀਂ ਹੈਗਾ। ਛੱਪੜਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 3 ਛੱਪੜ ਹੈ, 1 ਵਾਟਰ ਬਕਸ ਇਸ ਪਿੰਡ ਦੇ ਵਿੱਚ ਹੈਗਾ, 1 ਬੈਂਕ ਪੰਜਾਬ ਐਂਡ ਸਿੱਧ ਬੈਂਕ ਇਸ ਪਿੰਡ ਦੇ ਵਿੱਚ ਹੈਗਾ, ਗਊਸ਼ਾਲਾ ਇਸ ਪਿੰਡ ਵਿੱਚ ਨਹੀਂ ਹੈਗੀ, ਹਾਈ ਸਕੂਲ ਤੱਕ ਇਸ ਪਿੰਡ ਦੇ ਵਿੱਚ ਸਕੂਲ ਮੌਜੂਦ ਹੈ। ਗਰਾਊਂਡ ਦੀ ਗੱਲ ਕਰੀਏ ਤਾਂ ਤਕਰੀਬਨ 4 ਤੋਂ 5 ਏਕੜ ਦੇ ਵਿੱਚ ਹੈ ਜਿਹੜਾ ਗਰਾਊਂਡ ਬਣਿਆ ਹੋਇਆ, ਲੇਕਿਨ ਉਹ ਗਰਾਊਂਡ ਕਾਫੀ ਸੁਵਿਧਾਵਾਂ ਤੋਂ ਜਿਹੜਾ ਸੱਖਣਾ ਹੈਗਾ। ਜਿੰਮ ਦੀ ਗੱਲ ਕਰੀਏ ਤਾਂ ਜਿੰਮ ਪਹਿਲਾਂ ਸੀ ਲੇਕਿਨ ਉਹ ਸਮਾਨ ਖਰਾਬ ਹੋਣ ਕਰਕੇ ਕਿਤੇ ਨਾ ਕਿਤੇ ਉਹ ਹੁਣ ਜਿੰਮ ਹੈ ਜਿਹੜਾ ਵਰਤੋਂਯੋਗ ਨਹੀਂ ਹੈਗਾ। ਲਾਇਬ੍ਰੇਰੀ ਇਸ ਪਿੰਡ ਦੇ ਵਿੱਚ ਨਹੀਂ ਹੈਗੀ। ਫਸਲਾਂ ਨੂੰ ਪਾਣੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਨਹਿਰੀ ਪਾਣੀ ਵਰਤਿਆ ਜਾਂਦਾ ਅਤੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਥੋੜ੍ਹਾ ਨਰਮ ਹੈਗਾ ਅਤੇ ਕੁਛ ਜਿਹੜਾ ਹੈਗਾ ਨੇੜਲੀਆਂ ਨਹਿਰਾਂ ਤੋਂ ਪਾਈਪਲਾਈਨਾਂ ਪਾ ਕੇ ਵੀ ਇੱਥੇ ਪਾਣੀ ਹੈ ਜਿਹੜਾ ਵਰਤਿਆ ਜਾਂਦਾ। ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ 50 ਦੇ ਕਰੀਬ ਸਰਕਾਰੀ ਮੁਲਾਜ਼ਮ ਹੈਗੇ ਆ ਅਤੇ 20 ਤੋਂ 25 ਜਿਹੜੇ NRI ਭਰਾ ਜਿਹੜੇ ਵੱਖ ਵੱਖ ਤਰੀਕਿਆਂ ਨਾਲ ਜਿਹੜੇ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਪਾਉਂਦੇ ਆ। ਪਿੰਡ ਦੀ ਪੁਰਾਣੀ ਯਾਦਗਾਰ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਇੱਕ ਪੁਰਾਣੀ ਜਿਹੜੀ ਖੂਹ ਹੈ, ਆਪਾਂ ਖੂਹ ਕਹਿ ਸਕਦੇ ਹਾਂ, ਪੁਰਾਣਾ ਖੂਹ ਹੈ ਜੋ ਹਜੇ ਵੀ ਮੌਜੂਦ ਹੈ, ਜੋ ਕਿ ਸੁਣਨ ਦੇ ਵਿੱਚ ਆਇਆ। ਬਾਕੀ ਆਪਾਂ ਇਤਿਹਾਸ ਵੀ ਇਸਦਾ ਜਾਣਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਜੀ ਇਸ ਪਿੰਡ ਦੇ ਵਿੱਚ ਜਦੋਂ ਆਏ ਸੀ ਤਾਂ ਉਸ ਖੂਹ ਦਾ ਪਾਣੀ ਉਹਨਾਂ ਨੇ ਮਿੱਠਾ ਕੀਤਾ ਸੀ। ਜੇ ਪਿੰਡ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਕਈ 100 ਸਾਲ ਪੁਰਾਣਾ ਜਿਹੜਾ ਆਪਾਂ ਪਿੰਡ ਕਹਿ ਸਕਦੇ ਹਾਂ, ਕਿਉਂਕਿ 10ਵੇਂ ਪਾਤਸ਼ਾਹ ਜੀ ਜਦੋਂ ਇੱਥੇ ਪਹੁੰਚੇ ਸੀ ਤਾਂ ਉਸ ਤੋਂ ਵੀ ਪੁਰਾਣਾ ਪਿੰਡ ਹੈ ਜਿਹੜਾ ਇਹ ਵਸਿਆ ਹੋਇਆ ਹੈ। ਪਿੰਡ ਦੀ ਹੋਰ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਹੈ ਕਬੱਡੀ ਹੈ, ਉਹ ਬਹੁਤ ਜ਼ਿਆਦਾ ਜਿਹੜੀ ਖੇਡੀ ਜਾਂਦੀ ਹੈ ਅਤੇ ਇਸ ਕਬੱਡੀ ਦੇ ਤਹਿਤ ਹੀ ਇਸ ਪਿੰਡ ਦੇ ਵਿੱਚੋਂ ਕਾਫੀ ਮੁਲਾਜ਼ਮ ਵੀ ਲੱਗੇ ਆ ਅਤੇ ਕਾਫੀ ਜਿਹੜੇ ਇੰਟਰਨੈਸ਼ਨਲ ਖਿਡਾਰੀ ਹੈ ਕਬੱਡੀ ਦੇ ਉਹ ਇਸ ਪਿੰਡ ਦੇ ਜਿਹੜੇ ਹੋਏ ਆ, ਜਿਨ੍ਹਾਂ ਨੇ ਕਿ ਆਪਦੇ ਪਿੰਡ ਦਾ ਜਿਹੜਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਗਾ। ਅਤੇ ਪੁਰਾਣੇ ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਬਿੰਦੀ ਦਾ ਨਾਂ ਜਿਹੜਾ ਅੱਜ ਵੀ ਇਤਿਹਾਸ ਦੇ ਵਿੱਚ ਕਹਿ ਸਕਦੇ ਹਾਂ ਜਾਂ ਪੁਰਾਣੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਪਤਾ ਹੈ ਉਹ ਅੱਜ ਵੀ ਜਿਹੜਾ ਉਹਨਾਂ ਦੇ ਕੰਨਾਂ ਦੇ ਵਿੱਚ ਹੈ ਜਿਹੜਾ ਗੂੰਜਦਾ ਹੈਗਾ। ਤਾਂ ਆਪਣੇ ਨਾਲ ਇੱਥੇ ਕਾਫੀ ਗਿਣਤੀ ਦੇ ਵਿੱਚ ਹੈ ਪਿੰਡ ਵਾਸੀ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ, ਆਪਾਂ ਪੁੱਛਾਂਗੇ ਜਾਣਨ ਦੀ ਪਿੰਡ ਬਾਰੇ ਆਪਾਂ ਕੋਸ਼ਿਸ਼ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜਸਵੀਰ ਸਿੰਘ ਜੀ, ਐਕਸ ਸਰਪੰਚ ਝੰਡਾ ਕਲਾਂ। ਸਰਪੰਚ ਸਾਹਿਬ, ਜੇ ਆਪਾਂ ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਾਨੂੰ ਉਸ ਬਾਰੇ ਜ਼ਰੂਰ ਚਾਨਣਾ ਪਾਓ, ਕਿੰਨਾ ਕੁ ਪੁਰਾਣਾ ਪਿੰਡ ਹੈ, ਕੌਣ ਇੱਥੇ ਰਹਿੰਦਾ ਸੀ, ਤੁਸੀਂ ਇੱਥੇ ਕਦੋਂ ਆ ਕੇ ਵਸੇ, ਉਸ ਬਾਰੇ ਸਾਰਾ ਜ਼ਰੂਰ ਦੱਸੋ। ਇਹ ਤਾਂ ਅਸੀਂ ਤਾਂ ਆਪਣਾ ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਬਜ਼ੁਰਗ ਆਏ, ਉਸ ਤੋਂ ਬਾਅਦ ਸਾਡਾ ਜਨਮ ਤਾਂ ਬਾਅਦ 'ਚ ਹੋਇਆ, 1947 ਤੋਂ ਬਾਅਦ 'ਚ ਇੱਥੇ ਆਏ ਸਾਡੇ ਬਜ਼ੁਰਗ, ਬਾਅਦ 'ਚ ਅਲਾਟਮੈਂਟ ਹੋਈ, ਬਾਅਦ 'ਚ ਅਸੀਂ ਇੱਥੇ ਆਏ। ਬਾਕੀ ਪਿੰਡ ਬਹੁਤ ਕਈ 100 ਸਾਲ ਪੁਰਾਣਾ ਦੱਸ ਰਹੇ ਹਾਂ, ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦਾ ਇਤਿਹਾਸਿਕ ਪਿੰਡ ਹੈ, ਛੋਹ ਪ੍ਰਾਪਤ ਚਰਨ ਛੋਹ ਪ੍ਰਾਪਤ ਇਤਿਹਾਸਿਕ ਪਿੰਡ ਹੈ। ਇਹ
ਗੁਰੂ ਸਾਹਿਬ ਜਦੋਂ ਇੱਧਰੋਂ ਤਲਵੰਡੀ ਸਾਹਿਬ ਤੋਂ ਚੱਲ ਕੇ ਅੱਗੇ ਸਰਸਾ ਨੂੰ ਗਏ, ਉਦੋਂ ਗੁਰੂ ਸਾਹਿਬ ਕੋਈ ਅੱਜ ਤੋਂ 2-3 ਸਾਲ ਪਹਿਲਾਂ ਇੱਥੇ ਆਏ। ਉਸ ਟਾਈਮ ਬਾਬਾ ਫਰੀਦ ਲਾਇਸ਼ਾ ਸੀ, ਉਹ ਗੁਰੂ ਮਹਾਰਾਜ ਦੀ ਨੂੰ ਯਾਦ ਕਰਿਆ ਕਰਦਾ ਸੀ, ਉਹਨਾਂ ਦੀ ਯਾਦ ਵਿੱਚ ਗੁਰੂ ਸਾਹਿਬ ਦਾ ਰਸਤਾ ਸਾਫ਼ ਕਰਿਆ ਕਰਦਾ ਸੀ। ਉਹਨਾਂ ਦੀ ਮਤਲਬ ਸ਼ਰਧਾ ਨੂੰ ਵੇਖਦੇ ਗੁਰੂ ਸਾਹਿਬ ਚੱਲ ਕੇ ਇੱਥੇ ਆਏ ਅਤੇ ਉਹ ਇੱਥੇ ਕੁਛ ਠਹਿਰੇ, ਕੁਛ ਵਿਸ਼ਰਾਮ ਕੀਤਾ, ਉਸ ਤੋਂ ਬਾਅਦ ਚੱਲ ਕੇ ਉਸ ਤੋਂ ਬਾਅਦ ਇਹ ਪੀਰ ਵਲੈਤ ਸ਼ਾਹ ਦੀ ਇੱਥੇ ਕਬਰ ਅਜੇ ਵੀ ਨਾਲ ਸਥਿਤ ਹੈ, ਗੁਰੂ ਮਹਾਰਾਜ ਦੇ ਸਥਾਨ ਦੇ ਨਾਲ ਸਥਿਤ ਹੈ। ਹਾਂ, ਉਹਨਾਂ ਦੀ ਮਾਨਤਾ ਇੱਥੇ ਨਾਲ ਹੁੰਦੀ ਹੈ। ਇਹ ਗੁਰੂ ਮਹਾਰਾਜ ਦੇ ਆਉਣ ਦਾ ਕਾਰਨ ਉਹਨਾਂ ਦੀ ਸ਼ਰਧਾ ਅਤੇ ਸੇਵਾ ਹੀ। ਇੱਕ ਸਰਪੰਚ ਸਾਹਿਬ, ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਊਗਾ ਜਾਂ ਜ਼ਰੂਰ ਇਸ ਗੱਲ ਬਾਰੇ ਤੁਹਾਨੂੰ ਪਤਾ ਹੋਊਗਾ ਵੀ 1947 ਦੇ ਜਦੋਂ ਪਾਰਟੀਸ਼ਨ ਹੋਈ ਆ ਤਾਂ ਇੱਕ ਝੰਡਾ ਕਲਾਂ ਨੂੰ ਮੁਸਲਮਾਨ ਭਾਈਚਾਰੇ ਦਾ ਗੜ੍ਹ ਵੀ ਮੰਨਿਆ ਜਾਂਦਾ ਸੀ। ਕਾਫੀ ਵੱਡਾ ਟੁੱਕੀ ਇੱਥੇ ਹੋਈ ਹੈ, ਕਾਫੀ ਮਤਲਬ ਕਹਿ ਸਕਦੇ ਹਾਂ ਆਪਾਂ ਵੀ ਇੱਥੋਂ ਖੂਨ ਵਹਿਗਾ ਇੱਥੋਂ, ਇਹ ਕਹਿ ਸਕਦੇ ਹਾਂ ਆਪਾਂ ਵੀ ਇੱਦਾਂ ਦਾ ਤੁਸੀਂ ਕੁਛ ਸੁਣਿਆ? ਨਹੀਂ, ਦੱਸਦੇ ਆ ਬਹੁਤ ਇੱਥੇ ਮਤਲਬ ਜੋ ਪਹਿਲਾਂ ਮਤਲਬ ਹੋਇਆ, ਕੁਛ ਬਜ਼ੁਰਗ ਪਹਿਲਾਂ ਹੈਗੇ ਸੀ ਉਹ ਮਾੜਾ ਮੋਟਾ ਇਤਿਹਾਸ ਦੱਸਦੇ ਸੀ, ਜ਼ਿਆਦਾ ਤਾਂ ਨਹੀਂ ਆਪਾਂ ਨੂੰ ਜਾਣਕਾਰੀ ਪਤਾ। ਪਹਿਲਾਂ ਮਤਲਬ ਮੁਸਲਮਾਨਾਂ ਦਾ ਪਿੰਡ ਕਾਫੀ ਸੀ, ਤਾਂ ਕੁਛ ਪਹਿਲਾਂ ਪੁਰਾਤਨ ਬੰਦੇ ਹੈਗੇ ਸੀ ਪਹਿਲਾਂ ਇੱਥੇ, ਕੁਝ ਉਹਨਾਂ ਦੀ ਅੱਜ ਵੀ ਉਹ ਮੌਜੂਦ ਨੇ, ਪੁਰਾਣੇ ਬੰਦੇ ਵੀ ਕੁਛ ਹੈਗੇ ਆ ਪਹਿਲਾਂ ਇੱਥੇ, ਪਰ ਸਾਡੇ ਜਿਹੜੇ ਸਾਰੇ ਵਸਨੀਕ ਬੰਦੇ ਸਾਰੇ ਉਹ ਸਾਰਾ ਭਰਾਪਾ ਸਾਰਾ ਬਾਅਦ 'ਚ ਹੀ ਆਇਆ। ਅੱਛਾ, ਨਹੀਂ ਇਹ ਗੱਲਾਂ ਸੀਗੀਆਂ ਵੀ ਵੱਡਾ ਟੁੱਕੀ ਕਾਫੀ ਹੋਈ ਹੈ, ਗੜ੍ਹ ਮੰਨਿਆ ਜਾਂਦਾ ਸੀ ਇੱਦਾਂ ਕੁਛ? ਹਾਂ, ਮੁਸਲਮਾਨਾਂ ਦਾ ਪਿੰਡ ਸੀ, ਕੁਛ ਤਾਂ ਕੁਛ ਨਾ ਕੁਛ ਤਾਂ ਹੋਇਆ ਹੀ ਹੈ ਜੋ ਸੁਣੀ ਦਾ, ਉਸ ਮੁਤਾਬਕ ਜ਼ਿਆਦਾ ਵਿਸਤਾਰ ਨਾਲ ਤਾਂ ਨਹੀਂ ਪਤਾ ਦੱਸ ਸਕਦੇ ਆਪਾਂ ਜੋ ਹੋਇਆ ਇੰਨਾ ਕੁਛ। ਠੀਕ ਹੈ, ਠੀਕ ਹੈ। ਕੀ ਨਾਮ ਆ ਬਾਬਾ ਜੀ ਆਪਣਾ? ਮੇਰਾ ਨਾਮ ਗੁਰਦੀਪ ਸਿੰਘ ਜੀ। ਹਾਂ ਬਾਬਾ ਜੀ, ਆਪਾਂ ਜੇ ਆਪਾਂ 1947 ਦੇ ਪਾਰਟੀਸ਼ਨ ਦੀ ਗੱਲ ਕਰੀਏ ਤਾਂ ਉਦੋਂ ਮੁਸਲਿਮ ਭਾਈਚਾਰਾ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਰਹਿੰਦਾ ਸੀਗਾ, ਅਤੇ ਉਦੋਂ ਕੀ ਹਾਲਾਤ ਸੀ ਉਹ ਦੱਸ ਸਕਦੇ ਹੋ ਥੋੜ੍ਹਾ ਬਹੁਤਾ ਕੋਈ? ਬਿਲਕੁਲ ਜੀ, ਇਹ 1947 ਦੇ ਵਿੱਚ ਜਦੋਂ ਵੰਡ ਹੋਈ, ਪਾਕਿਸਤਾਨ ਅਤੇ ਹਿੰਦੁਸਤਾਨ ਜਦੋਂ ਬਣਿਆ, ਉਸ ਸਮੇਂ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰਾ ਇਕੱਠਾ ਰਹਿੰਦੇ ਸਨ, ਅਤੇ ਖਾਸ ਕਰਕੇ ਜਿਹੜੇ ਹਿੰਦੂ ਨੇ ਇਸ ਨਗਰ ਦੇ ਵਿੱਚ ਰਹਿੰਦੇ ਸੀ ਪੁਰਾਣੇ ਬਜ਼ੁਰਗ, ਉਹ ਅਜੇ ਤੱਕ ਵੀ, ਹੁਣੇ ਉਹਨਾਂ ਦੀਆਂ ਡੈਥ ਹੋਈਆਂ ਨੇ, ਉਹਨਾਂ ਨੇ ਦੱਸਿਆ ਇਸ ਨਗਰ ਦੇ ਵਿੱਚ ਉਹਨਾਂ 'ਤੇ ਵੀ ਦਬਾਅ ਪਾਇਆ ਗਿਆ ਜਦੋਂ ਇਹ ਹਾਲਾਤ ਵਿਗੜੇ, ਤਾਂ ਉਸ ਸਮੇਂ ਸਿੱਖਾਂ ਨੂੰ ਜਿਹੜਾ ਸੀ ਉੱਧਰ ਮਾਰਿਆ ਜਾਣ ਲੱਗਾ, ਅਤੇ ਇੱਧਰ ਹਿੰਦੂ ਲੋਕ ਡਰਦੇ ਸਨ ਅਤੇ ਮੁਸਲਮਾਨਾਂ ਦਾ ਜ਼ਿਆਦਾ ਗੜ੍ਹ ਸੀ। ਇਸ ਨਗਰ ਦੇ ਵਿੱਚ ਤਾਂ ਬਹੁਤ ਵੱਡੀ ਕਤਲੇਆਮ ਹੋਈ ਹੈ, ਅਤੇ ਉਹ ਜਿਹੜੇ ਨੇ ਹਿੰਦੂ ਲੋਕ ਜਾਂ ਬਜ਼ੁਰਗ ਉਹਨਾਂ ਦੇ ਬੈਠੇ ਸੀ, ਉਹ ਇੱਥੇ ਪੁਰਾਣੇ ਬੈਠੇ ਨੇ। ਜਿਹੜੇ ਅਸੀਂ ਹਾਂ, ਅਸੀਂ ਉੱਧਰੋਂ ਹੀ ਆਏ ਹਾਂ, ਅਸੀਂ ਜਿਹੜੇ ਲਾਹੌਰੀਏ ਵੱਜਦੇ ਹਾਂ ਜਾਂ ਰਫੂਜੀ ਸਾਨੂੰ ਕਹਿੰਦੇ ਨੇ, ਅਸੀਂ ਸਾਰੇ ਉੱਧਰੋਂ ਹੀ ਆਏ ਹਾਂ ਪਾਕਿਸਤਾਨ ਤੋਂ, ਅਤੇ ਇੱਥੇ ਆਣ ਕੇ ਵਸੇ ਹਾਂ। ਅਤੇ ਇਹ ਨਗਰ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇਤਿਹਾਸਿਕ ਨਗਰ ਹੈ। ਅਤੇ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਖਦਰਾਣੇ ਦੀ ਢਾਬ ਤੋਂ ਜੰਗ ਲੜਦੇ ਹੋਏ ਵਿਸਾਖ ਦੇ ਮਹੀਨੇ ਦੇ ਵਿੱਚ ਮੁਕਤਸਰ ਦੀ ਧਰਤੀ ਤੋਂ, ਉਦੋਂ ਬਾਅਦ ਤਲਵੰਡੀ ਸਾਬੋ ਕੇ ਆਏ ਨੇ, ਤਲਵੰਡੀ ਸਾਬੋ ਕੋਤੋਂ ਬਾਅਦ ਦੇ ਵਿੱਚ ਇੱਥੇ ਪੀਰ ਵਲੈਤ ਸ਼ਾਹ ਜੀ, ਜਿਵੇਂ ਜਥੇਦਾਰ ਜੀ ਦੱਸ ਰਹੇ ਸੀ, ਪੀਰ ਵਲੈਤ ਸ਼ਾਹ ਸਨ, ਉਹ ਸੇਵਾ ਕਰਦੇ ਸਨ ਕਿ ਇੱਥੇ ਮੇਰੇ ਮਾਹੀ ਨੇ ਆਉਣਾ, ਅੱਲਾਹ ਤਾਲਾ ਨੇ ਆਉਣਾ, ਉਹਨਾਂ ਨੂੰ ਉਹ ਅੱਲਾਹ ਤਾਲਾ ਹੀ ਮੰਨਦੇ ਸਨ, ਸ਼ਰਧਾ ਸੀ ਉਹਨਾਂ ਦੀ। ਅਤੇ ਉਹ ਰਸਤਾ ਸਾਫ਼ ਕਰਦੇ ਸਨ, ਲੋਕਾਂ ਦੇ ਪੁੱਛਣ ਅਨੁਸਾਰ ਉਹਨਾਂ ਨੇ ਦੱਸਿਆ ਕਿ ਇੱਥੇ ਗੁਰੂ ਸਾਹਿਬ ਜੀ ਆਉਣਗੇ। ਉਹਨਾਂ ਦੀ ਸ਼ਰਧਾ ਨੂੰ ਵੇਖਦੇ ਹੋਇਆ ਗੁਰੂ ਸਾਹਿਬ ਇਸ ਧਰਤੀ 'ਤੇ ਆਏ। ਇਸ ਨਗਰ ਦਾ ਜਿਹੜਾ ਪਾਣੀ ਸੀ ਉਹ ਪੀਣ ਯੋਗ ਨਹੀਂ ਸੀ ਉਸ ਸਮੇਂ, ਇਹ ਆ ਖੂਹ ਹੈ ਜਿਹੜਾ ਉਹ ਪੁਰਾਣਾ ਹੈ, ਉਸ ਸਮੇਂ ਦਾ ਖੜਾ ਹੈ, ਇਸ ਖੂਹ ਦਾ ਪਾਣੀ ਹੈ ਜਿਹੜਾ ਹੌਲੀ ਹੌਲੀ ਮਿੱਠਾ ਹੋਇਆ। ਅਤੇ ਪੀਰ ਵਲੈਤ ਸ਼ਾਹ ਜੀ, ਉਹਨਾਂ ਦੀ ਮਾਨਤਾ ਉਹ ਅੱਜ ਵੀ ਉੱਥੇ ਉੱਨੀ ਹੁੰਦੀ ਹੈ, ਉਹਨਾਂ ਦੇ ਬਰਾਬਰ ਹੁੰਦੀ ਹੈ, ਉਹਨਾਂ ਦੀ ਜਿਹੜੀ ਕਬਰ ਸਥਾਨ ਹੈ ਉਹ ਬਣਿਆ ਹੋਇਆ ਹੈ। ਅਤੇ ਵੀਰਵਾਰ ਦਾ ਦਿਨ ਹੈ ਜਿਹੜਾ ਸੰਗਤਾਂ ਇਹ ਸਾਰੇ ਇਲਾਕੇ ਦੀਆਂ, ਇੱਥੇ 40 ਪਿੰਡਾਂ ਨੂੰ ਜਿਹੜੀ ਇਹ ਮਾਨਤਾ ਪ੍ਰਾਪਤ ਹੈ, ਇਹ ਗੁਰਦੁਆਰਾ ਹੈ ਜਿਹੜਾ, ਇਹਦੇ 'ਤੇ ਸ਼ਰਧਾ ਰੱਖਦੇ ਨੇ, ਸੰਗਤਾਂ ਆਉਂਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ। ਅੱਛਾ, ਇਹਦੇ ਵਿੱਚ ਕੋਈ ਸਾਲਾਨਾ ਦਿਨ ਵੀ ਮਨਾਇਆ ਜਾਂਦਾ? ਬਿਲਕੁਲ ਜੀ, 10ਵੇਂ ਪਾਤਸ਼ਾਹ ਜੀ ਮਹਾਰਾਜ ਦੀ ਆਉਣ ਦੀ ਖੁਸ਼ੀ ਦੇ ਵਿੱਚ ਇੱਥੇ 21, 22, 23, 31
ਛੇ ਸੱਤ ਅੱਠ ਨਵੰਬਰ ਆ ਜਾਂਦੀ ਹੈ, ਉਹ ਦਿਨ ਹੈ ਜਿਹੜਾ ਬੜੀ ਧੂਮਧਾਮ ਨਾਲ ਅਤੇ ਬੜੀ ਹਾਂਜੀ ਬੜਾ ਹਾਈ ਲੈਵਲ 'ਤੇ ਮਨਾਇਆ ਜਾਂਦਾ। ਬੜੇ ਵਧੀਆ ਰਾਗੀ ਢਾਡੀ ਕਵੀਸ਼ਰ ਸੱਦ ਕੇ ਬੜੇ ਵਧੀਆ ਦੇ ਬੁਲਾਰੇ ਇੱਥੇ ਆਉਂਦੇ ਨੇ ਅਤੇ ਬੜੀਆਂ ਵਧੀਆ ਟੀਮਾਂ ਆਉਂਦੀਆਂ ਨੇ, ਕਬੱਡੀ ਦੇ ਮੈਚ ਕਰਵਾਏ ਜਾਂਦੇ ਨੇ। ਇਹ ਸਰਬ ਸਾਂਝਾ ਦਸ਼ਮੇਸ਼ ਕਲੱਬ ਹੈ ਜਿਹੜਾ, ਉਹਨਾਂ ਦੇ ਵੀ ਇਹ ਵੀ ਮੈਂਬਰ ਨੇ ਸਾਰੇ ਹੀ, ਉਸ ਸਰਬ ਸਾਂਝੇ ਸਪੋਰਟਸ ਕਲੱਬ ਦੇ ਮੈਂਬਰ ਨੇ ਜਿਹੜੇ, ਉਹ ਕਰਵਾਉਂਦੇ ਆ ਰਹੇ ਨੇ। ਬਿਲਕੁਲ ਬਿਲਕੁਲ, ਸਾਬਕਾ ਸਰਪੰਚ ਸਾਹਿਬ ਸਾਰੇ ਮੌਜੂਦ ਨੇ, ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਜਿਹੜਾ ਦਿਨ ਹੈ ਜਿਹੜਾ ਸਾਲਾਨਾ ਦਿਨ ਮਨਾਇਆ ਜਾਂਦਾ ਜੀ, ਉਸ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਸਾਲਾਨਾ ਦਿਨ 21-22 ਕੱਤਕ ਜਿਵੇਂ ਦੱਸਿਆ ਜਹੇਦਾਰ ਜੀ ਨੇ, ਉਸ ਇਹ ਸਾਲਾਨਾ ਹੀ ਮਨਾਇਆ ਜਾਂਦਾ, ਬਹੁਤ ਪੁਰਾਤਨ ਸਮੇਂ 'ਤੇ ਮਨਾਇਆ ਜਾਂਦਾ ਹੈ। ਪਹਿਲਾਂ ਵੀ ਕੋਈ ਗੇਮਾਂ ਬਜ਼ੁਰਗਾਂ ਦੇ ਹਿਸਾਬ ਨਾਲ ਘੋਲ ਕੁਸ਼ਤੀਆਂ ਜਾਂ ਇੱਦਾਂ ਕਰਾਏ ਜਾਂਦੇ, ਹੁਣ ਲਗਭਗ ਕੋਈ 40-45 ਸਾਲ ਹੋ ਗਏ। ਉਹ ਸਾਨੂੰ ਵੀ ਅਸੀਂ ਉਦੋਂ ਤੋਂ ਲੈ ਕੇ ਜੁੜੇ ਹਾਂ, ਦਸਮੇਸ਼ ਸਪੋਰਟਸ ਕਲੱਬ ਵੱਲੋਂ ਕਰਾਇਆ ਜਾ ਰਿਹਾ। ਪਹਿਲਾਂ ਕੁਛ 5-7 ਬੰਦੇ ਸੀ, ਅਸੀਂ ਉਹਨਾਂ ਸ਼ੁਰੂ ਕੀਤਾ ਕੰਮ। ਮੈਂ ਇੱਕ ਜਿਵੇਂ ਮੈਂ ਸੀ, ਇੱਕ ਭਲਵਾਨ ਸੀ ਬਲਵਿੰਦਰ ਬਿੰਦੀ, ਸੁਖਚੈਨ ਸਿੰਘ ਜੀ ਭੁੱਲਰ ਸਾਹਿਬ, ਇੱਕ ਜਿਵੇਂ ਅਵਤਾਰ ਸਿੰਘ ਭੱਟੀ ਸੀ, ਆਪਣੇ ਗੁਰਲਾਲ ਸੀ ਪਾਊ USA, ਇੱਕ ਅਵਤਾਰ ਭੱਟੀ ਜੀ, ਇੱਕ ਜਸਵੰਤ ਸਿੰਘ ਸੀ। ਇੱਦਾਂ ਸੀ 5-7 ਬੰਦੇ ਜਿਹੜੇ ਪੁਰਾਣੇ ਸੀ, ਅਸੀਂ ਉਦੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਹੁਣ ਨਵੇਂ ਮੁੰਡੇ ਸਾਰੇ ਉਸੇ ਤਰ੍ਹਾਂ ਹੀ ਇਹਨੂੰ ਚਲਾਈ ਤੁਰੇ ਆਉਂਦੇ ਨੇ ਅਤੇ ਬਹੁਤ ਵਧੀਆ ਹੁਣ ਤੱਕ ਵੀ ਉਹ ਕਰਾ ਰਹੇ ਨੇ ਅਤੇ ਹੁਣ ਵੀ ਵਧੀਆ ਉਸ ਤਰ੍ਹਾਂ ਨਾਲ। ਬਹੁਤ ਤਕੜੀਆਂ ਪੰਜਾਬ ਦੇ, ਮੇਰੇ ਖਿਆਲ ਕੋਈ ਵੀ ਕਬੱਡੀ ਖਿਡਾਰੀ ਨਹੀਂ ਰਿਹਾ ਹੋਣਾ ਜਿਹੜਾ ਇਸ ਗਰਾਊਂਡ ਵਿੱਚ ਖੇਡ ਕੇ ਨਾ ਗਿਆ ਹੋਵੇ। ਪੁਰਾਤਨ ਸਮੇਂ ਦਾ ਜਾਂ ਮੌਜੂਦਾ ਸਮੇਂ ਦਾ ਸਾਰੇ ਹੀ ਖੇਡ ਕੇ ਜਾਂਦੇ ਵੀ ਰਹੇ ਨੇ, ਪਹਿਲਾਂ ਵਾਲੇ ਵੀ ਅਤੇ ਹੁਣ ਵੀ ਖੇਡ ਰਹੇ ਨੇ ਅਤੇ ਹੁਣ ਵੀ ਖੇਡਣ ਆਉਂਦੇ ਨੇ ਬਹੁਤ ਹੀ ਪਿਆਰ ਨਾਲ। ਹੁਣ ਵੀ ਬੱਚੇ ਜਿਹੜੇ ਮੁੰਡੇ ਸਾਰੇ ਬਹੁਤ ਵਧੀਆ ਚਲਾ ਰਹੇ ਨੇ, ਹੁਣ ਤੱਕ ਉਦੋਂ ਤੋਂ ਲੈ ਕੇ 40 ਸਾਲ ਤੋਂ ਚੱਲਦਾ ਆ ਰਿਹਾ। ਬਿਲਕੁਲ ਬਿਲਕੁਲ ਜੀ, ਇੱਕ ਸਾਡੇ ਨਾਲ ਇੱਧਰ ਨੌਜਵਾਨ ਵੀ ਜੁੜੇ ਹੋਏ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਬਾਈ ਜੀ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਠੀਕ ਹੈ ਬਾਈ ਜੀ, ਮੇਰਾ ਸਰਨਾਮ ਹੀ ਹੈ, ਮੇਰਾ ਨਾਮ ਵੀ ਗੁਰਜੀਤ ਸਿੰਘ ਹੈ ਨਾ। ਅੱਛਾ ਚਲੋ ਬਾਈ ਜੀ, ਆਪਾਂ ਨੌਜਵਾਨੀ ਨਾਲ ਹੀ ਜੁੜੀਆਂ ਥੋੜ੍ਹੀਆਂ ਗੱਲਾਂ ਪੁੱਛੀਏ ਤਾਂ, ਆਪਾਂ ਖੇਡਾਂ ਪੱਖੋਂ ਜਾਂ ਨਸ਼ਿਆਂ ਪੱਖੋਂ ਪਿੰਡ ਕਿਵੇਂ ਆ, ਉਸ ਜ਼ਰੂਰ ਦੱਸੋ। ਖੇਡਾਂ ਪੱਖੋਂ ਤਾਂ ਐਂ ਹੈ ਜੀ ਵੀ ਜਿਵੇਂ ਨਵੀਂ ਜਨਰੇਸ਼ਨ ਜਿੰਨੀ ਵੀ ਹੈ ਉਹ ਸਾਰੀ ਗੇਮ ਦੇ ਰਿਲੇਟਡ ਹੀ ਹੈ, ਗੇਮ ਨੂੰ ਸਾਰੇ ਕੰਟੀਨਿਊ ਰੱਖਦੇ ਨੇ। ਸਾਡੇ ਜਿਵੇਂ ਪੁਰਾਣੇ ਤੁਸੀਂ ਬਲਵਿੰਦਰ ਸਿੰਘ ਜੀ ਬੰਦੀ ਹੋ ਗਏ, ਦਲਜੀਤ ਸਿੰਘ ਜੀ ਤੋਚੀ ਹੋ ਗਏ, ਕੁਲਵੰਤ ਸਿੰਘ ਝਾਫਾ ਜੀ ਹੋ ਗਏ, ਬਹੁਤ ਸਾਰੇ ਪਲੇਅਰ ਨੇ ਜਿਹਨਾਂ ਦਾ ਆਪਾਂ ਨਾਮ ਲਵਾਂਗੇ ਤਾਂ ਆਪਾਂ ਨੂੰ ਕਾਫੀ ਟਾਈਮ ਲੱਗ ਜਾਣਾ। ਅਣਗਿਣਤੀ ਪਲੇਅਰ ਸਾਡੇ ਪਿੰਡ ਤੋਂ ਜਿਹੜੇ ਨੇ ਉਹ ਉੱਠ ਕੇ ਉੱਪਰ ਆਏ ਨੇ, ਅਤੇ ਹੁਣ ਉਵੇਂ ਹੀ ਸਾਡੇ ਨਵੇਂ ਜਿਵੇਂ ਯੰਗਸਟਰ ਨੇ ਪਿੰਡ ਦੇ, ਸੋਨੀ ਵਰਗੇ ਹੋ ਗਏ, ਹੋਰ ਕਈ ਸਾਡੇ ਪਿੰਡ ਦੇ ਨੌਜਵਾਨ ਨੇ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਹੁਣ ਫਿਰ ਦੁਬਾਰਾ ਸਾਡੇ ਪਿੰਡ ਨੂੰ ਕਬੱਡੀ ਨੂੰ ਅੱਗੇ ਲੈ ਕੇ ਜਾ ਰਹੇ ਨੇ, ਅਤੇ ਉਹ ਉਮੀਦ ਕਰਦੇ ਹਾਂ ਐਂਈਂ ਨਵੇਂ ਸਾਡੇ ਪਿੰਡ ਦੇ ਖਿਡਾਰੀ ਉੱਠਦੇ ਰਹਿਣਗੇ, ਐਂਈਂ ਸਾਡੇ ਜਥੇਦਾਰ ਜੀ ਹੁਣੀ ਟੂਰਨਾਮੈਂਟ ਕਰਾਉਂਦੇ ਰਹਿਣਗੇ, ਅਤੇ ਐਂਈਂ ਇੱਥੇ ਲੋਕਾਂ ਦਾ ਪ੍ਰੋਤਸਾਹਨ ਜਿਹੜਾ। ਕਿਤੇ ਨਾ ਕਿਤੇ ਭਾਈ ਜੀ, ਇਹ ਨਹੀਂ ਲੱਗਦਾ ਵੀ ਗਰਾਊਂਡ ਹੈ ਜਿਹੜਾ ਕਾਫੀ ਸਹੂਲਤਾਂ ਤੋਂ ਸੱਖਣਾ, ਲੇਕਿਨ ਫਿਰ ਵੀ ਚੰਗੇ ਚੰਗੇ ਖਿਡਾਰੀ ਹੈ ਜਿਹੜੇ ਪੈਦਾ ਹੋ ਰਹੇ ਹੈ, ਇਹ ਕਿਸ ਦੀ ਬਦੌਲਤ ਹੋ ਰਹੀ ਹੈ ਜਾਂ ਕਿਸ ਦੀ ਦੇਣ ਹੈ ਜਾਂ ਆਪਣੇ ਆਪ ਹੀ ਜਿਹੜਾ ਨੌਜਵਾਨੀ 'ਚ ਉਤਸ਼ਾਹ ਪੈਦਾ ਹੋ ਰਿਹਾ ਜੀ? ਨੌਜਵਾਨੀ ਜਿਹੜਾ ਉਤਸ਼ਾਹ ਪੈਦਾ ਤਾਂ ਆਪ ਹੀ ਹੁੰਦਾ ਜੀ, ਪਰ ਜਿਹੜੀ ਮੇਨ ਗੱਲ ਹੈ ਸਾਡੇ ਪਿੰਡ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਆਪ ਪੁਰਾਣੇ ਖਿਡਾਰੀ ਨੇ, ਉਹਨਾਂ ਨੂੰ ਸਾਰੇ ਕਬੱਡੀ ਦੇ ਦਾਅ ਪੇਚ ਆਉਂਦੇ ਨੇ, ਉਹ ਜਿਹੜੇ ਸਾਡੇ ਨਵੇਂ ਨੌਜਵਾਨ ਨੇ ਉਹ ਉਹਨਾਂ ਦੀ ਸੰਗਤ ਕਰਦੇ ਨੇ, ਉਹ ਕਬੱਡੀ ਦੇ ਦਾਅ ਪੇਚ ਦੱਸਦੇ ਨੇ, ਅਤੇ ਉੱਥੋਂ ਹੀ ਉਹ ਸਿੱਖ ਕੇ ਅਤੇ ਗਰਾਊਂਡ 'ਚੋਂ ਜਿੰਨਾ ਉਹਨਾਂ ਨੂੰ ਹੁੰਦਾ ਓਨੀ ਉੱਥੋਂ ਮਦਦ ਲੈ ਕੇ ਉਹ ਆਪਦਾ ਜਿਹੜਾ ਸਪੋਰਟਸ ਨੂੰ ਅੱਗੇ ਲੈ ਕੇ ਜਾਂਦੇ ਨੇ। ਸਾਡੇ ਗਰਾਊਂਡ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਹੈਗੀਆਂ ਪਰ ਉਹ ਹੋਣੀਆਂ ਚਾਹੀਦੀਆਂ ਨੇ, ਆਉਣ ਵਾਲੇ ਸਮੇਂ 'ਚ ਉਹਦੀ ਵੀ ਇੰਪਰੂਵਮੈਂਟ ਕੀਤੀ ਜਾਣੀ ਚਾਹੀਦੀ ਹੈ ਜੀ ਸਾਡੇ ਵੱਲੋਂ ਤਾਂ ਹੀ। ਬਿਲਕੁਲ ਬਿਲਕੁਲ, ਹੁਣ ਜੇ ਆਪਾਂ ਵਿਕਾਸ ਕਾਰਜਾਂ ਦੀ ਜੇ ਗੱਲ ਕਰੀਏ, ਮੌਜੂਦਾ ਸਰਪੰਚ ਦੇ ਜਿਹੜਾ ਕਾਰਜਕਾਲ ਹੈ ਤਕਰੀਬਨ ਪੂਰਾ ਹੋ ਚੁੱਕਿਆ, ਅਤੇ ਪਿੰਡ ਦਾ ਜੇ ਆਲ ਓਵਰ ਦੇਖੀਏ ਤਾਂ ਤਕਰੀਬਨ ਗਲੀਆਂ ਨਾਲੀਆਂ ਜਿਹੜੀਆਂ ਤਕਰੀਬਨ ਬਣੀਆਂ ਹੋਈਆਂ ਅਤੇ ਬਹੁਤ ਸਾਰੀਆਂ ਰਹਿ ਵੀ ਗਈਆਂ ਹੋਣਗੀਆਂ, ਕਿਉਂਕਿ ਇਹ ਗਲੀਆਂ ਨਾਲੀਆਂ ਇੱਕ ਇਹੋ ਜਿਹੀ ਚੀਜ਼ ਹੈ ਜੀ ਵੀ ਨਵੇਂ ਘਰ ਬਣ ਜਾਂਦੇ ਆ ਤਾਂ ਫਿਰ ਦੁਬਾਰਾ ਡਿਵੈਲਪ ਹੋ ਜਾਂਦੀਆਂ, ਦੁਬਾਰਾ ਫਿਰ ਬਣਾਉਣੀਆਂ ਪੈਂਦੀਆਂ ਨਾ, ਤਾਂ ਕਿਤੇ ਨਾ ਕਿਤੇ ਜੇ ਆਪਾਂ ਛੱਪੜਾਂ ਦਾ ਕਹੀਏ ਜਾਂ ਕੋਈ ਨਵੇਂ ਟ੍ਰੀਟਮੈਂਟ ਪਲਾਂਟ ਕਹੀਏ, ਕੋਈ ਇੱਦਾਂ ਦੇ ਵਿਕਾਸ ਕਾਰਜ
ਚ ਕੋਈ ਹੋਇਆ ਕੋਈ ਉਸ ਬਾਰੇ ਦੱਸੋ। ਓਦਾਂ ਦਾ ਤਾਂ ਹਜੇ ਤੱਕ ਕੁਛ ਹੋਇਆ ਨਹੀਂ, ਪਰ ਇੱਕ ਸਾਈਡ ਤੇ ਹੁਣ ਉਹਦਾ ਸਟਾਰਟਿੰਗ ਹੈ ਜਿਹੜੀ ਉਹ ਹੋਣ ਲੱਗ ਪਈ ਆ, ਵੀ ਹੌਲੀ ਹੌਲੀ ਉਸ ਚੀਜ਼ 'ਚ ਇੰਪਰੂਵਮੈਂਟ ਆ ਰਿਹਾ, ਬਟ ਓਨਾ ਜ਼ਿਆਦਾ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਹੁਣ ਤੱਕ, ਓਨਾ ਨਹੀਂ ਹੈਗਾ। ਜਿਵੇਂ ਜਿਵੇਂ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨੂੰ ਵੀ 2 ਸਾਲ ਦਾ ਤਕਰੀਬਨ ਸਮਾਂ ਜਿਹੜਾ ਹੋ ਚੁੱਕਿਆ ਹੈਗਾ, ਤਾਂ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਵਿਕਾਸ ਕਾਰਜ ਜਿਹੜੇ ਕਰਵਾਏ ਗਏ ਆ ਇਸ ਪਿੰਡ ਦੇ ਵਿੱਚ, ਹੈ ਕੋਈ ਦਿਖ ਰਹੇ ਆ ਮਤਲਬ ਵੀ ਹਾਂ ਹੋ ਰਹੇ ਆ? ਹਾਂਜੀ, ਉਹਦੇ ਬਾਰੇ ਹੀ ਮੈਂ ਤੁਹਾਨੂੰ ਜਾਣਕਾਰੀ ਜ਼ਿਆਦਾ ਨਹੀਂ ਦੇ ਸਕਦਾ, ਕਿਉਂਕਿ ਮੈਂ ਬਾਹਰ ਅੰਦਰ ਥੋੜ੍ਹਾ ਘੱਟ ਨਿਕਲਦਾ। ਸਾਬਕਾ ਸਰਪੰਚ ਸਾਹਿਬ ਤੋਂ ਲੈ ਲਈਏ। ਹਾਂਜੀ ਹਾਂਜੀ, ਤੁਸੀਂ ਦੱਸੋ ਹੁਣ। ਹਾਂਜੀ, ਹੁਣ ਜਿਹੜਾ ਪਹਿਲਾਂ ਉਹ ਰੱਖਿਆ ਸੀ, ਉਹਨਾਂ ਫੋਕਸ ਰੱਖਿਆ ਸੀ ਆਪਣਾ ਸਿਹਤ 'ਤੇ ਜਾਂ ਪਾਣੀ ਟੈਲਾਂ 'ਤੇ ਪਹੁੰਚਾਉਣਾ ਜਾਂ ਉਸ 'ਤੇ, ਉਹਨਾਂ ਕੰਮ ਸ਼ੁਰੂ ਸਟਾਰਟ ਕਰ ਦਿੱਤਾ। ਜੋ ਵੇਖੋ ਨਹਿਰਾਂ ਬਣ ਗਈਆਂ ਨੇ, ਖਲੇ ਬਣ ਰਹੇ, ਪਾਣੀ ਦਾ ਬਹੁਤ ਜ਼ਿਆਦਾ ਫਰਕ ਪਿਆ ਹੈ। ਜਿਹੜੀਆਂ ਦੂਜੀਆਂ ਜਿਵੇਂ ਸਟੇਡੀਅਮ ਸੀ ਜਾਂ ਕੋਈ ਹੋਰ ਸਾਡੀਆਂ ਰਹਿੰਦੀਆਂ ਮੰਗਾਂ ਸੀ ਉਹ ਉਹਨਾਂ ਦੇ ਜਾਣੂ, ਜਾਂ ਸਕੂਲ ਸੀ ਜਿਵੇਂ ਪਲੱਸ ਟੂ ਦਾ, ਉਹ MLA ਸਾਹਿਬ ਸਾਡੇ ਗੁਰਪ੍ਰੀਤ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ, ਮਨਾਲੀ ਸਾਹਿਬ ਉਹਨਾਂ ਦੇ ਧਿਆਨ 'ਚ ਲਿਆ ਤਾ ਸੀ, ਉਹਦੇ ਸੀ ਵੀ ਤੁਹਾਡੇ ਅਗਲੇ ਸਾਲ ਦੇ ਵਿੱਚ ਵਿਜੇ ਤੁਹਾਡਾ ਸਕੂਲ ਵੀ ਫੁਰਮੀ ਦਾ ਹੋਜੂ, ਬਾਕੀ ਹੋਰ ਵੀ ਜਿਹੜੀਆਂ ਜਿਹੜਾ ਉਹਨਾਂ ਨੂੰ ਸਟੇਡੀਅਮ ਦਾ ਜੁੱਦਾ ਦੱਸਿਆ ਸੀ, ਇਹ 2-3 ਕੰਮ ਉਹਨਾਂ ਦੇ ਪਹਿਲ ਦੇ ਆਧਾਰ 'ਤੇ ਹੋ ਜਾਣਗੇ, ਬਾਕੀ ਰਹਿੰਦੇ ਕੰਮ ਵੀ ਹੌਲੀ ਹੌਲੀ ਤੁਹਾਡੇ ਸਾਰੇ ਸਿਰੇ ਲਾ ਕੇ ਆਟਾਂਗੇ। ਹਾਂਜੀ ਠੀਕ। ਹੁਣ ਜੇ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਸਰਪੰਚ ਸਾਹਿਬ, ਕਦੋਂ ਤੱਕ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਦੋਂ ਤੱਕ ਜਿਹੜਾ ਸਕੂਲ ਹੈ ਸਿਰੇ ਚੜ੍ਹ ਜੂਗਾ ਜਾਂ ਹੋ ਜੂਗਾ? ਕੋਈ ਟਾਈਮ ਦਿੱਤਾ ਜਾਂ ਉਹਨਾਂ ਨੇ ਹਜੇ ਮਤਲਬ ਲੈਣ ਦੇ ਵਿੱਚ ਹੀ ਲੱਗਿਆ ਹੋਇਆ? ਨਹੀਂ ਨਹੀਂ, ਉਹ ਆਉਂਦੇ ਸੀ ਵੀ ਲਗਭਗ ਆਪਣਾ 2024 ਤੋਂ 40 ਪੈ ਜਾ, 25 ਦੇ ਲਗਭਗ ਲਗਭਗ ਹੀ ਉਹਨਾਂ ਦਾ 100% ਹੀ ਵਿਸ਼ਵਾਸ ਹੈ ਵੀ ਚਲਾਵਾਂਗੇ। 4 ਮਹੀਨੇ ਇਲੈਕਸ਼ਨਾਂ ਦੀ ਭੇਟ ਵੀ ਚੜ੍ਹੇਗਾ। ਹਾਂ ਹਾਂ, ਉਹ ਤੋਂ ਬਾਅਦ ਚਲਾਵਾਂਗੇ। ਹਾਂ, ਉਹ ਆਉਂਦੇ ਚਲਾਵਾਂਗੇ। ਹਾਂ ਬਿਲਕੁਲ ਬਿਲਕੁਲ। ਅੱਛਾ, ਜੇ ਜੇ ਆਪਾਂ ਗੱਲ ਕਰੀਏ ਸਰਪੰਚ ਸਾਹਿਬ, ਤੁਸੀਂ ਕਾਫੀ ਪੁਰਾਣੇ ਹੋ ਇੱਥੋਂ ਦੇ ਰਹਿਣ ਵਾਲੇ ਹੋ, ਤਾਂ ਨਸ਼ੇ ਪੱਤੇ ਪੱਖੋਂ ਪਿੰਡ ਕਿਵੇਂ ਹੈ, ਨਸ਼ਾ ਕਿੰਨਾ ਕੁ ਪਿੰਡ 'ਚ? ਨਹੀਂ, ਨਸ਼ਾ ਜੇ ਆਪਾਂ ਕਹਿ ਰਹੀਏ ਵੀ ਪ੍ਰੋਪਰ ਮੰਥ ਵਾਲੀ ਤਾਂ ਉਹ ਗੱਲ ਤਾਂ ਨਹੀਂ ਹੋ ਸਕਦੀ, ਗੱਲ ਨਹੀਂ ਕਹੀ ਸਕਦੀ, ਪਰ ਬਜ਼ੁਰਗ ਨੇ ਜਿਵੇਂ ਹੋਰ ਕੋਈ ਸਿਆਣੇ ਲੋਕ ਨੇ ਉਪਰਾਲਾ ਕਰ ਰਹੇ ਸਾਡੇ ਪਿੰਡ 'ਤੇ, 2-3 ਵਾਰੀ ਉਹਨਾਂ ਪਿੰਡ 'ਚ ਜਾਗਰੂਕ ਵੀ ਕੀਤਾ, ਘਰ ਘਰ ਵੀ ਗਏ, ਉਪਰਾਲਾ ਬਹੁਤ ਕਰ ਰਹੇ ਨੇ ਨਸ਼ੇ ਦੇ ਤੌਰ 'ਤੇ। ਉਸ ਚੀਜ਼ ਨਾਲ ਫਰਕ ਜ਼ਰੂਰ ਪੈਂਦਾ, ਖਤਮ ਤਾਂ ਨਹੀਂ ਕਹਿੰਦੇ ਆਪਾਂ, ਫਰਕ ਜ਼ਰੂਰ ਪੈਂਦਾ ਉਸ ਚੀਜ਼ ਨਾਲ। ਕਿੰਨੀ ਕਿਤੇ ਨਾ ਕਿਤੇ ਨਸ਼ੇ ਦੀ ਕੋਈ ਕਮੇਟੀ ਬਣਾਈ ਗਈ ਹੈ ਜੀ? ਨਹੀਂ, ਹਾਂ, ਉਹ ਨਸ਼ੇ ਨੂੰ ਰੋਕਣ ਵਾਸਤੇ ਕਮੇਟੀ ਬਣਾਈ ਗਈ ਹੈ, ਉਹਦੇ ਵਿੱਚ ਅਸੀਂ ਵੀ ਜਾਂਦੇ ਰਹੇ ਹਾਂ, ਅਤੇ ਉਹ ਬਹੁਤ ਹੀ ਮਿਹਨਤ ਕੀਤੀ ਹੈ ਸਾਡੇ ਬਜ਼ੁਰਗ, ਜਿਵੇਂ ਕਾਮਰੇਡ ਸਾਹਿਬ ਸਨ ਆਪਣੇ ਹਰਭਜਨ ਸਿੰਘ ਜੀ, ਹੋਰ ਇੱਕ ਆਪਣੇ ਜਹੇਦਾਰ ਸੀ ਅੰਗਰੇਜ਼ ਸਿੰਘ ਸੀ, ਹੋਰ ਇੱਦਾਂ ਕਈ ਸਿੰਘ ਹੈਗੇ ਸੀ, ਦਰਸ਼ਨ ਸਿੰਘ ਸੀ ਗਿੱਲ ਸਾਹਿਬ, ਹੋਰ ਇੱਦਾਂ ਦੇ ਕਈ ਸਿੰਘ ਹੈਗੇ ਜਿਹੜੇ ਨਾਲ ਅੱਗੇ ਰੱਖ ਕੇ ਪੜਾ, ਨਾਲ ਅਸੀਂ ਵੀ ਉਹਨਾਂ ਦਾ ਸਹਿਯੋਗ ਦੇ ਰਹੇ ਹਾਂ। ਅਤੇ ਪੜ੍ਹਾਈ ਪੱਖੋਂ ਦੇਖਿਆ ਜਾਵੇ ਸਰਪੰਚ ਸਾਹਿਬ, ਪਿੰਡ ਕਿਵੇਂ ਆ? ਪੜ੍ਹਾਈ ਪੱਛੋਂ ਜਿਵੇਂ ਪਹਿਲਾਂ ਪੱਛਣਾ ਰਹੇ ਉਸ ਦੇ ਹਿਸਾਬ 'ਤੇ ਤਾਂ ਬਹੁਤ ਹੁਣ ਕੁਛ ਕਰ ਰਿਹਾ ਤਰੱਕੀ, ਨਵੇਂ ਮੁਲਾਜ਼ਮ ਵੀ ਮੁੰਡੇ ਚੰਗੇ ਲੱਗ ਗਏ ਨੇ ਜੀ, ਬਾਕੀ ਬਾਹਰ ਵੀ ਬਹੁਤ ਮੁੰਡੇ ਗਏ ਚਲੇ ਕਿਤੇ। ਸਰਪੰਚ ਸਾਹਿਬ, ਮਤਲਬ ਚਲੋ ਲੜਕੇ ਤਾਂ ਕਿਸੇ ਨਾਲ ਮੋਟਰਸਾਈਕਲ 'ਤੇ ਵੱਗ ਗਏ ਹੈ ਨਾ, ਵੀ ਬੱਸਾਂ ਦੇ ਟਾਈਮ ਵਗੈਰਾ ਵੀ ਥੋੜ੍ਹੇ ਤਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਦਿੱਕਤ ਨਹੀਂ ਆਉਂਦੀ ਪੜ੍ਹਨ ਵਾਸਤੇ? ਨਹੀਂ, ਪੜ੍ਹਨ ਵਾਸਤੇ ਚਲੋ ਦਿੱਕਤ ਹੁਣ ਤਾਂ ਲਗਭਗ ਕੋਈ ਮੈਣਾ ਮੋਣਾ ਦੇ ਸਾਧਨ ਬਥੇਰੇ ਹੋ ਗਏ, ਜਿੰਦਾ ਹੱਦਾ ਹੈ ਪੜ੍ਹਨ ਦਾ, ਦਿੱਕਤ ਤਾਂ ਨਹੀਂ ਆਉਂਦੀ, ਪਰ ਫਿਰ ਵੀ ਜਿੰਨੀ ਕੁ ਸਹੂਲਤ ਮਿਲ ਜੇ ਤਾਂ ਚੰਗੀ ਗੱਲ ਹੀ ਹੈ, ਸਰਕਾਰ ਪਾਸੋਂ ਲੱਗਣੀ ਚਾਹੀਦੀ ਹੋਣੀ ਚਾਹੀਦੀ ਹੈ, ਉਸ ਚੀਜ਼ ਦੀ ਅਸੀਂ ਵੀ ਡਿਮਾਂਡ ਕਰਦੇ, ਮੰਗ ਕਰਦੇ ਹਾਂ। ਚਲੋ ਫਾਇਦਾ, ਕੋਈ ਗਰੀਬ ਬੱਚੇ ਨਹੀਂ ਵੀ ਵੈਨ 'ਤੇ ਜਾ ਸਕਦੇ ਸਕੂਲ ਦਾ, ਕੰਟੀਨਿਊ 'ਚ ਬੱਸਾਂ ਦਾ ਲਗਭਗ ਤਾਂ ਜਾ ਰਹੀਆਂ ਨੇ, ਬਾਕੀ ਜਿੱਥੇ ਵੀ ਕਮੀ ਕੋਈ ਮਾੜੀ ਮੋਟੀ ਹੋਰ ਕਹਿ ਕੇ ਉਹ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਕਰਾਵਾਂਗੇ। ਠੀਕ, ਸਾਡੇ ਨਾਲ ਹੋਰ ਪਿੰਡ ਵਾਸੀ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਬਾਈ ਜੀ, ਕੀ ਨਾਮ ਹੈ? ਇੰਦਰਜੀਤ ਸਿੰਘ ਜੀ। ਬਾਈ ਜੀ, ਆਪਾਂ ਜੇ ਗੱਲ ਕਰੀਏ ਤਾਂ ਇੱਥੋਂ ਦਾ ਜਿਹੜਾ ਪਿੰਡ ਝੰਡਾ ਕਲਾਂ ਦਾ, ਧਰਤੀ ਹੇਠਲਾ ਪਾਣੀ ਹੈ ਜਿਹੜਾ, ਥੋੜ੍ਹਾ ਨਰਮ ਹੈ, ਆਪਾਂ ਜ਼ਿਆਦਾ ਨਰਮ ਨਹੀਂ ਕਹਿ ਸਕਦੇ ਕਿਉਂਕਿ ਫਸਲਾਂ ਤਕਰੀਬਨ ਸਾਰੀਆਂ ਹੁੰਦੀਆਂ, ਥੋੜ੍ਹਾ ਨਰਮ ਹੈ, ਤਾਂ ਉਹ ਪਾਣੀ ਦੇ ਸਾਧਨ ਵਾਸਤੇ ਜਾਂ ਕਿਵੇਂ ਉਹ ਕਰਦੇ ਹੋ, ਕਿੰਨੇ ਕੁ ਲੋਕ ਦੁਖੀ ਨੇ, ਪਹਿਲਾਂ ਕਿੰਨਾ ਕੁ ਸੰਤਾਪ ਹੰਢਾਇਆ, ਉਸ ਵਾਸਤੇ ਜ਼ਰੂਰ ਦੱਸੋ। ਬਿਲਕੁਲ ਬਿਲਕੁਲ, ਜਿਹੜਾ ਪਾਣੀ ਦੇ ਜ਼ਮੀਨਾਂ ਦੇ ਥੱਲੇ ਪਾਣੀ ਹੈ ਉਹ ਬਹੁਤ ਮਾੜਾ ਹੈ, ਅਤੇ ਬਾਕੀ ਸਾਡੀ ਜਿੰਨੀ ਵੀ ਖੇਤੀ ਸਾਰੀ ਨਿਰਭਰ ਨਹਿਰ ਦੇ 'ਤੇ ਆ, ਅਤੇ ਨਹਿਰੀ 'ਤੇ ਆ ਸਾਰਾ ਜੀ। ਅਤੇ ਨਹਿਰਾਂ 'ਚ ਪਾਣੀ ਪੂਣੀ ਆਉਂਦਾ ਬਾਈ? ਹਾਂ, ਉਹਨਾਂ ਕੋਲ ਤਾਂ ਆਉਂਦਾ, ਗੁਜ਼ਾਰੇ ਜੋਗਾ ਤਾਂ ਆਉਂਦਾ ਹੀ ਹੈ,
ਪਰ ਜ਼ਿਆਦਾ ਇਹਦੀ ਬਹੁਤ ਕਮੀ ਹੈ ਪਾਣੀ ਦੀ, ਜਿਹੜੀ ਸਾਡੇ ਪੂਰੀ ਖੇਤਾਂ ਵਿੱਚ ਨਹੀਂ ਪਹੁੰਚ ਸਕਦੀ। ਕਿਤੇ ਨਾ ਕਿਤੇ ਜੇ ਸਰਕਾਰ ਚਾਹੀ ਤਾਂ ਇਹ ਵੀ ਕਰ ਸਕਦੀ ਹੈ ਬਾਈ ਜੀ, ਜਿਵੇਂ ਘੱਗਰ ਤੋਂ ਪਾਈਪਲਾਈਨ ਪਾ ਕੇ ਦੇ ਦੇ ਇੱਥੇ, ਕਿੱਡੀ ਕੁ ਦੂਰ ਹੈ ਘੱਗਰ, ਨੇੜੇ ਹੀ ਹੈ ਨਾ, ਤਾਂ ਕਿਤੇ ਨਾ ਕਿਤੇ ਵਰਤੋਂ ਯੋਗ ਹੋ ਸਕਦਾ। ਸਰਕਾਰ ਕੋਈ ਚਾਹੇ ਤਾਂ ਕੋਈ ਨਹੀਂ ਹੋ ਸਕਦਾ ਜੀ, ਅਤੇ ਇਸੋਂ ਦਾ ਮਸਲਾ ਪੂਰਾ ਹੱਲ ਹੋ ਸਕਦਾ। ਜਿਵੇਂ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ, ਘੱਗਰ ਦੇ ਵਿੱਚ ਇੱਕ ਬੋਰ ਜਾਂ 2-4 ਬੋਰ ਕੀਤੇ ਜਾਣ, ਉੱਥੇ ਪਾਣੀ ਦਾ ਸਾਧਨ ਬਹੁਤ ਵਧੀਆ ਬਣ ਸਕਦਾ। ਸਾਡੇ ਨਾਲ ਹੀ ਨਹਿਰਾਂ ਦੇ ਵਿੱਚੋਂ ਦਾ ਬੜਾ ਉਪਰਾਲਾ ਵਧੀਆ ਹੋ ਸਕਦਾ ਵੀ ਪੈਂਦਾ ਨਾਲ ਪਾਣੀ, ਅਤੇ ਸਾਡੇ ਸਾਰੇ ਨਗਰ ਨੂੰ ਜਿਵੇਂ ਸੰਘਾ ਹੈ ਨਾਲ ਲੱਗਦੇ ਨਹਿਰਾਂ ਹੈ, ਅੱਗੇ ਪਾਣੀ ਜਾਂਦਾ ਟੈਲਾਂ 'ਤੇ ਬਰੂ ਵਾਲੇ ਹਰਿਆਣੇ 'ਚ ਵੀ ਜਾ ਕੇ ਇਹ ਪਾਣੀ ਜਾਂਦਾ ਜੀ। ਠੀਕ ਹੈ, ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਭਰਾ ਜੀ, ਇੱਕ ਹੁਣ ਤੁਹਾਡੇ ਨਾਲ ਵੀ ਜਿਹੜੇ ਅਸੀਂ ਗੱਲ ਕਰ ਹੀ ਲਈਏ, ਹੈ ਨਾ, ਪਸ਼ੂ ਹਸਪਤਾਲ ਦਾ ਸਿਸਟਮ ਆ ਜਿਹੜਾ ਔਖਾ ਨਹੀਂ ਹੈਗਾ ਇੱਥੇ ਕਿਤੇ ਨਾ ਕਿਤੇ? ਪਸ਼ੂ ਹਸਪਤਾਲ ਦਾ ਬਹੁਤ ਜ਼ਿਆਦਾ ਸਿਸਟਮ ਔਖਾ ਹੈ ਵੀ ਇੱਥੇ, ਇਹ ਸਾਡੇ ਕੋਲ ਸਹੂਲਤ ਹੋਣੀ ਚਾਹੀਦੀ ਹੈ। ਸਾਡੇ ਪਿੰਡ ਦੇ ਵਿੱਚ ਕਈ ਬੰਦੇ ਨੇ ਜਿਹੜੇ ਪਸ਼ੂਆਂ ਦੀ ਬਰੀਡ 'ਤੇ ਕੰਮ ਕਰਦੇ ਨੇ, ਉਹ ਹਸਪਤਾਲ ਨਾ ਹੋਣ ਕਾਰਨ, ਉਹ ਪੂਰੀ ਜ਼ਿਆਦਾ ਸਹੀ ਉਹਨਾਂ ਕੋਲ ਗਾਈਡੈਂਸ ਨਾ ਹੋਣ ਕਾਰਨ ਉਹ ਕਿਤੇ ਨਾ ਕਿਤੇ ਬੰਦੇ ਪਿੱਛੇ ਰਹਿ ਜਾਂਦੇ ਨੇ। ਸਾਡਾ ਵੀ ਜੀ ਕਰਦਾ ਸੀ ਮੇਲਿਆਂ 'ਚ ਮੱਝਾਂ ਗਾਵਾਂ ਲੈ ਕੇ ਜਾਈਏ, ਅਸੀਂ ਲੈ ਕੇ ਵੀ ਜਾਂਦੇ ਰਹੇ ਹਾਂ, ਪਰ ਉਹ ਕਿਤੇ ਨਾ ਕਿਤੇ ਸਾਡੇ ਕੋਲ ਜਾ ਕੇ ਐਨੀਮਲ ਹਸਬੈਂਡਰੀ ਹੋਣ ਕਰਕੇ, ਪਸ਼ੂਆਂ ਦੇ ਹਸਪਤਾਲ ਨਾ ਹੋਣ ਕਰਕੇ ਸਾਡੇ ਕੋਲ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਬਰੀਡਿੰਗ ਦੇ ਵਿੱਚ। ਸਾਨੂੰ ਵੈਸੇ ਵੀ ਪਸ਼ੂਆਂ ਦੀ ਹੈਲਥ ਦੇ ਰਿਲੇਟਡ ਵੀ ਕਾਫੀ ਜ਼ਿਆਦਾ ਸਾਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਜਾਂ ਸਾਨੂੰ ਡਾਕਟਰ ਲੈ ਕੇ ਆਉਣਾ ਪੈਂਦਾ ਇੱਥੇ, ਅਤੇ ਜਾਂ ਸਾਨੂੰ ਮੱਝਾਂ ਹਸਪਤਾਲ 'ਚ ਲੈ ਕੇ ਜਾਣੀਆਂ ਪੈਂਦੀਆਂ ਨੇ। ਆਪਦਾ ਪਸ਼ੂ ਉਹ ਸਾਡੇ ਜਿਵੇਂ ਹੀ ਪਿੰਡ ਦੇ ਵਿੱਚ ਕਾਫੀ ਪੰਚਾਇਤੀ ਜਗ੍ਹਾ, ਉੱਥੇ ਉਸ ਜਗ੍ਹਾ ਦੇ ਵਿੱਚ ਹੀ ਹਸਪਤਾਲ ਬਣਨਾ ਚਾਹੀਦਾ ਜੀ ਪਸ਼ੂਆਂ ਦਾ, ਕਿਉਂਕਿ ਜਿਵੇਂ ਆਪਾਂ ਇੱਕ ਇਲਾਕੇ ਨੂੰ ਜਾਂ ਇੱਕ ਪਿੰਡ ਨੂੰ ਉੱਪਰ ਕਰਨਾ, ਉਹਦੇ 'ਚ ਹਰੇਕ ਚੀਜ਼ ਦਾ ਬਰਾਬਰ ਹੀ ਸਹਿਯੋਗ ਹੁੰਦਾ। ਜਿਵੇਂ ਐਨੀਮਲ ਨੇ, ਉਹਨਾਂ ਦੀ ਜੇ ਬਰੀਡ ਸੁਧਰੂਗੀ, ਬੰਦਿਆਂ ਦੀ ਇਨਕਮ ਜਨਰੇਟ ਹੋਊਗੀ, ਬਰੀਡ ਕਿਵੇਂ ਸੁਧਰੂਗੀ ਜੇ ਹਸਪਤਾਲ ਹੋਣਗੇ, ਡਾਕਟਰ ਬੈਠੇ ਹੋਣਗੇ, ਡਾਕਟਰ ਲੋਕ ਡਾਕਟਰਾਂ ਕੋਲ ਜਾਣਗੇ ਬਹਿਣਗੇ, ਉਹ ਉਹਨਾਂ ਨੂੰ ਬਰੀਡ ਬਾਰੇ, ਐਕੂਰੇਟ ਬਰੀਡ ਬਾਰੇ, ਉਹਦੀ ਕੁਆਲਿਟੀਜ਼ ਬਾਰੇ ਉਹਦੇ ਨੌਲੇਜ ਦੇਣਗੇ ਵੀ ਕਿਵੇਂ ਚੰਗਾ ਪਸ਼ੂ ਆਪਾਂ ਇੰਪਰੂਵ ਕਰ ਸਕਦੇ ਹਾਂ, ਕਿਵੇਂ ਪਸ਼ੂ ਤੋਂ ਚੰਗਾ ਦੁੱਧ ਲੈ ਸਕਦੇ ਹਾਂ, ਕਿਵੇਂ ਆਪਾਂ ਪਸ਼ੂ ਦੀ ਸਿਹਤ ਜਿਹੜੀ ਉਹ ਮੇਨਟੇਨ ਕਰ ਸਕਦੇ ਹਾਂ, ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ। ਡਾਕਟਰ ਪਿੰਡ 'ਚ ਹੋਵੇ ਤਾਂ ਮੁੱਢਲਾ ਇਲਾਜ ਵੀ ਨਾਲ ਦੀ ਨਾਲ ਕਰਵਾ ਸਕਦੇ ਹੋ ਜਾਂਦਾ ਜੀ, ਸਮਾਂ ਪੈ ਜਾਂਦਾ। ਜਿਵੇਂ ਓਲੰਪਿਕਸ ਕਹਿੰਦੀ, ਹੁਣ ਪਿੱਛੇ ਗਾਵਾਂ 'ਚ ਪ੍ਰੋਬਲਮ ਆਈ ਸੀ ਬਹੁਤ ਜ਼ਿਆਦਾ, ਜਿਨ੍ਹਾਂ ਪਿੰਡਾਂ ਦੇ ਵਿੱਚ ਡਾਕਟਰ ਸੀਗੇ ਜਾਂ ਹਸਪਤਾਲ ਸੀਗੇ, ਉਹਨਾਂ ਪਿੰਡਾਂ ਦੇ ਵਿੱਚ ਇਹਦਾ ਜਿਹੜਾ ਇਲਾਜ ਸੀਗਾ ਉਹ ਸਟਾਰਟਿੰਗ 'ਚ ਹੀ ਹੋ ਗਿਆ। ਸਾਡੇ ਪਿੰਡ ਦੇ ਵਿੱਚ ਇਲਾਜ ਉਦੋਂ ਆਉਣ ਲੱਗਾ ਜਦੋਂ ਅੱਧੇ ਪਸ਼ੂ ਉਸ ਨਾਲ ਡਿਫੈਕਟਡ ਹੋ ਗਏ, ਉਸ ਤੋਂ ਬਾਅਦ ਸਾਡੇ ਇਲਾਜ ਵੱਡਾ ਸੰਤਾਪ ਹੰਡਾ ਰਿਹਾ ਪਿੰਡ ਕਿਤੇ। ਹਾਂਜੀ ਹਾਂਜੀ। ਆਪਣੇ ਹੋਰ ਪਿੰਡ ਵਾਸੀ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪਾਣੀ ਦੇ ਮੁੱਦਿਆਂ ਨੂੰ ਲੈ ਕੇ। ਹਾਂਜੀ ਬਾਈ ਜੀ, ਕੀ ਨਾਮ ਆਪਣਾ? ਮਨਜਿੰਦਰ ਸਿੰਘ। ਬਾਈ ਜੀ, ਹੁਣ ਅਸੀਂ ਪਿੰਡ ਦੇ ਵਿੱਚ ਇੱਕ ਗੇੜਾ ਲਾਇਆ ਸੀਗਾ, ਤਾਂ ਇੱਕ ਦੋ ਛੱਪੜਾਂ ਦੇ ਵਿੱਚ ਜਿਹੜਾ ਪਾਣੀ ਜਾਂ ਕੇਲੀ ਵਗੈਰਾ ਉੱਗੀ ਹੋਈ ਸੀਗੀ, ਤਾਂ ਮਾੜੇ ਹਾਲਾਤ ਸੀਗੇ, ਤਾਂ ਉਸ ਨੂੰ ਲੈ ਕੇ ਸਰਕਾਰ ਨੂੰ ਕੀ ਉਲੰਭ ਹੈ ਜਾਂ ਕੀ ਮੰਗ ਹੈ, ਉਸ ਬਾਰੇ ਜ਼ਰੂਰ ਦੱਸੋ ਜੀ। ਛੱਪੜਾਂ ਦੀ ਗੱਲ ਕਰੀਏ ਤਾਂ ਛੱਪੜਾਂ 'ਚ ਇਸ ਟਾਈਮ ਬੜਾ ਬਹੁਤ ਬੁਰਾ ਹਾਲ ਹੈ ਜੀ, ਕੋਈ ਨਹੀਂ ਸੋਚ ਰਿਹਾ ਜੀ ਵੀਰੇ। ਬਾਕੀ ਗਲੀਆਂ ਨਾਲੀਆਂ ਦਾ ਵਿਕਾਸ ਹੋ ਰਿਹਾ, ਜਿਵੇਂ ਪਰਸੈਂਟ ਹੁੰਦਾ ਹੈ 90% 40% ਹੋ ਗਿਆ ਜੀ, ਹੋਰ ਵੀ ਹੋਏਗਾ, ਮਤਲਬ ਨਵੀਂ ਸਰਕਾਰ ਆ ਗਈ, ਆਮ ਆਦਮੀ ਪਾਰਟੀ ਸਰਕਾਰ ਹੋਏਗਾ, ਬੜਾ ਵਧੀਆ ਹੋਇਆ। ਪਹਿਲਾਂ ਗੱਲ ਕਰੀਏ ਛੱਪੜਾਂ ਦੀ, ਛੱਪੜਾਂ ਦਾ ਇਸ ਟਾਈਮ ਬਹੁਤ ਬੁਰਾ ਹਾਲ ਹੈ। ਛੱਪੜਾਂ 'ਚ ਕੇਲੀ ਪਈ ਜੀ, ਨਾਲ ਸਮੈਲ ਆਉਂਦੀ, ਨਾਲ 10-15 ਜਿਹੜੇ ਘਰ ਨੇ ਉਹ ਐਂ ਸਮਝ ਲਓ ਮੱਛਰ ਦੀ ਜੂਣ ਭੋਗ ਰਹੇ ਨੇ, ਮੱਛਰਾਂ ਤੋਂ ਬੋਰਡ ਤੰਗ ਨੇ। ਠੀਕ ਹੈ ਜੀ, ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੀ ਸਫਾਈ ਹੋਣੀ ਚਾਹੀਦੀ ਹੈ। ਅਤੇ ਜੇ ਗੱਲ ਕੀਤੀ ਇਹਨਾਂ ਡੰਗਰਾਂ ਦੀ, ਅਤੇ ਡੰਗਰਾਂ ਦੀ ਗੱਲ ਕਰਦੇ, ਜੇ ਛੱਪੜ ਜੇ ਸਾਫ਼ ਹੋਣਗੇ ਅਤੇ ਆਪਣੇ ਪਸ਼ੂ ਡੰਗਰ ਉੱਥੋਂ ਨਹਾਉਣਗੇ, ਪਾਣੀ ਪੀਣਗੇ, ਅਤੇ ਉਹ ਵੀ ਵਧੀਆ ਹੋਏ ਹੋਣਗੇ। ਠੀਕ ਹੈ ਜੀ, ਉਹਨਾਂ ਦੁੱਧ ਵਾਧਾ ਵਗੈਰਾ ਵਧੇਗਾ ਜੀ। ਅਤੇ ਅਸੀਂ ਇਹ ਆਸ ਕਰਦੇ ਹਾਂ ਵੀ ਸਾਨੂੰ ਛੱਪੜਾਂ ਦੀ ਭਾਵੇਂ ਕੋਈ ਗ੍ਰਾਂਟ ਦਿੱਤੀ ਜਾਵੇ, ਛੱਪੜ ਵਧੀਆ ਬਣਾਏ ਜਾਣ ਜੀ। ਕਦੇ ਮੌਜੂਦਾ MLA ਸਾਹਿਬ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਨਹੀਂ ਕਹੀ ਜੀ ਇਹ ਗੱਲ ਵੀ ਸਾਡੇ ਛੱਪੜਾਂ ਦਾ ਹੱਲ ਕਰੋ? ਹਾਂਜੀ ਹਾਂਜੀ, ਹੋਈ ਸੀ ਗੱਲਬਾਤ ਜੀ, ਉਹ ਕਹਿੰਦੇ ਸੀ ਪਹਿਲ ਦੇ ਆਧਾਰ 'ਤੇ ਕਰਾਂਗੇ, ਜਦੋਂ ਸਰਪੰਚੀ ਪਹਿਲ ਦੇ ਆਧਾਰ 'ਤੇ ਬਣ ਗਈ ਨਾ ਜੀ ਪਿੰਡਾਂ ਦੀ, ਉਦੋਂ ਕਰਾਂਗੇ, ਜ਼ਰੂਰ ਕਰਾਂਗੇ ਜੀ। ਹੁਣ ਸਾਨੂੰ ਵਿਸ਼ਵਾਸ ਦਵਾਇਆ ਸੀ
ਛੱਪੜ ਜ਼ਰੂਰ ਸਹੀ ਕਰਾਂਗੇ ਤੁਹਾਡੇ। ਮਤਲਬ ਆ ਸਭੀ ਹੋ ਜੂ? ਹਾਂਜੀ ਹਾਂਜੀ ਹੋ ਜੂਗਾ ਜੀ, ਬਿਲਕੁਲ। ਚਲੋ ਹੋਣਾ ਵੀ ਚਾਹੀਦਾ, ਚੰਗੀ ਗੱਲ ਹੈ, ਕਿਉਂਕਿ ਪਿੰਡ ਦੇ ਵਿੱਚ ਹੀ ਆਪਾਂ ਬਿਮਾਰੀ ਹੈ ਜਿਹੜੀ ਵਿਚਾਲੇ ਰੱਖੀ ਹੋਈ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹ ਹੋਊਗਾ ਜੀ। ਠੀਕ ਹੈ ਠੀਕ। ਇਹ ਲਾਸਟ ਟਾਈਮ ਕਮੀ ਮੰਨ ਲਓ, ਪਹਿਲਾਂ ਛੱਪੜਾਂ ਦੀ ਜਿਹੜੀ ਹੋਈ ਨਹੀਂ ਕੰਮ, ਅਤੇ ਹੁਣ ਹੋਣਗੇ ਜੀ, ਵਧੀਆ ਬਣਨਗੇ, ਸਾਫ਼ ਸੁਥਰਾ ਪਾਣੀ ਮਿਲੇਗਾ ਜੀ। ਬਿਲਕੁਲ ਬਿਲਕੁਲ, ਅਸੀਂ ਵੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਸ ਪਿੰਡ ਦੀਆਂ ਜਿਹੜੀਆਂ ਦੋ ਵੱਡੀਆਂ ਸਮੱਸਿਆਵਾਂ ਜਿਹੜੀਆਂ ਨਿਕਲ ਕੇ ਆਈਆਂ, ਇੱਕ ਤਾਂ ਡੰਗਰਾਂ ਦੀ ਜਿਹੜੀ ਡਿਸਪੈਂਸਰੀ ਪਸ਼ੂ ਹਸਪਤਾਲ ਆਪਾਂ ਕਹਿ ਸਕਦੇ ਹਾਂ, ਅਤੇ ਦੂਸਰਾ ਛੱਪੜਾਂ ਦਾ ਜਿਹੜਾ ਗੰਦਗੀ ਆਪਾਂ ਕਹਿ ਸਕਦੇ ਹਾਂ ਉਹਦੀ ਸਾਫ਼ ਸਫਾਈ ਦੀ ਹੈ। ਇਹ ਦੋਨੇ ਮੁਸ਼ਕਲਾਂ ਜਿਹੜੀਆਂ ਪਹਿਲ ਦੇ ਆਧਾਰ 'ਤੇ ਇਸ ਪਿੰਡ ਦੀਆਂ ਜਿਹੜੀਆਂ ਹੱਲ ਕੀਤੀਆਂ ਜਾਣ, ਤਾਂ ਕਿ ਇਹ ਪਿੰਡ ਵੀ ਹੋਰ ਪਿੰਡਾਂ ਵਾਂਗ ਸੁੱਖ ਸਹੂਲਤਾਂ ਦਾ ਜਿਹੜਾ ਆਨੰਦ ਹੈ ਮਾਣ ਸਕੇ। ਤਾਂ ਆਪਾਂ ਚੱਲਦੇ ਹਾਂ ਕਿਸੇ ਅਗਲੇ ਪਿੰਡ ਦੇ ਨਵੀਂ ਅਪਡੇਟ ਦੇ ਨਾਲ, ਮਿਲਦੇ ਹਾਂ ਅਤੇ ਨਾਲ ਹੀ ਤੁਹਾਨੂੰ ਦੱਸੀਏ ਜਿਹੜੇ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋਏ ਨੇ, ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਅਤੇ ਯੂਟਿਊਬ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਹੈ ਜ਼ਰੂਰ ਕਰ ਲਓ, ਅਤੇ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਹੈ ਜਿਹੜਾ ਜ਼ਰੂਰ ਕਰ ਦਿਓ। ਤਾਂ ਆਪਾਂ ਮਿਲਦੇ ਹਾਂ ਕਿਸੇ ਅਗਲੇ ਪਿੰਡ, ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ।